ਕੱਲ ਮੇਰਾ ਅੱਜ ਇਕੱਠ ਹੋਇਆ ਲੱਖਾ ਸਿਧਾਉਣੇ ਵਾਲਾ ਮਾਮਲਾ ਤੇ ਚਲੋ ਖੈਰ ਨਿਬੜ ਗਿਆ ਇੱਕ ਵਾਰੀ ਪਰ ਉਧਰ ਉਹ ਜੈਨੀਜੋਲ ਦੇ ਗਾਣੇ ਵਾਲਾ ਲੈਟਰ ਟੂ ਸੀ ਮੈਨੂੰ ਆਹੀ ਤੇ ਚੱਕਰ ਹੈ ਨਾ ਆਪਾਂ ਕਹਿ ਦਿੰਦੇ ਨੇ ਕਿ ਨਿਬੜ ਗਿਆ ਜੀ ਨਾ ਚਟਾ ਕੁੜਤਾਲੇ ਬੜ ਗਿਆ ਜੀ ਗੱਲ ਤੇ ਇਹ ਆ ਕਿ ਫੇਰ ਉਥੇ ਚਟਾ ਕੁੜਤਾਲੇ ਬੜਿਆ ਹੀ ਆ ਨਾ ਨਿਬੜ ਗਿਆ ਠੀਕ ਆ ਬੜਾ ਸਿੰਪਲ ਤਰੀਕੇ ਦਾ ਇੱਕ ਸ਼ਬਦ ਹੈ ਕਿ ਲੋ ਜੀ ਲੱਖਾ ਸਿਧਾਣਾ ਫਾਰਗ ਹੋ ਗਿਆ ਕੇਸ ਤੋਂ ਜੀ ਬਸ ਆਹੀ ਸਟੋਰੀ ਹੈ ਨਾ ਜੀ ਪਰ ਗੱਲ ਤੇ ਇਹ ਆ ਕਿ ਸਟੋਰੀ ਇੱਥੋਂ ਸਟਾਰਟ ਹੋਣੀ ਚਾਹੀਦੀ ਹੈ ਕਹਾਣੀ ਇੱਥੋਂ ਤੁਰਨੀ ਚਾਹੀਦੀ ਹੈ ਕਿ ਯਾਰ ਪੁਲਿਸ ਇੰਨੀ ਬੇਵਕੂਫ ਹੈ ਸਾਡੀ ਕਿ ਉਹ ਬਿਨਾਂ ਗੱਲ ਤੋਂ ਇੱਕ ਕਹੋ ਕਿ ਇੱਕ ਬੇहद ਕਮਜ਼ੋਰ ਐਫ ਆਈ ਆਰ ਰਜਿਸਟਰ ਕਰ ਦੋਗੀ ਤੇ ਜਿਹਦੇ ਬਾਰੇ ਪਤਾ ਹੈ ਕਿ ਉਹ ਬੰਦਾ ਯਾਰ ਪੰਜਾਬ ਦੇ ਵਿੱਚ ਇੱਕ ਫੇਸ ਹੈ ਤੁਸੀਂ ਦੇਖੋ ਪੁਲਿਸ ਇਦਾਂ ਨਹੀਂ ਕਰਦੀ ਹੁੰਦੀ ਪੁਲਿਸ ਏਡੀ ਵੀ ਗੈਰ ਪੇਸ਼ੇਵਰ ਨਹੀਂ ਹੁੰਦੀ ਕਿ ਉਹਨਾਂ ਨੂੰ ਪਤਾ ਹੋਵੇ ਕਿ ਐਡੇ ਬੰਦੇ ਤੇ ਪਰਚਾ ਦੇਣਾ ਹੈ ਤੇ ਐਵੇਂ ਚੱਕ ਕੇ ਅਸੀਂ ਕਹਿ ਦਈਏ ਜੀ ਅ ਦੇਖੋ ਜੀ ਸਾਨੂੰ ਸੁਪਨਾ ਆਇਆ ਸੀਗਾ ਸੁਪਨੇ ਦੇ ਵਿੱਚ ਇੱਕ ਸਾਧੂ ਸੰਤ ਮਿਲਿਆ ਸੀਗਾ ਬਹੁਤ ਵੱਡੇ ਪਿੱਪਲ ਦੇ ਰੁੱਖ ਥੱਲੇ ਉਹ ਬੈਠਾ ਸੀਗਾ ਅਸੀਂ ਉੱਥੇ ਨਲਕੇ ਤੇ ਪਾਣੀ ਪੀਣ ਗਏ ਤੇ ਉਹਨੇ ਕੰਨ ਦੇ ਵਿੱਚ ਆਹ ਗੱਲ ਕਹੀ ਅਸੀਂ ਐਫ ਆਈ ਆਰ ਕੱਢ ਦਿੱਤੀ ਹਜ਼ੂਰ ਇਹ ਕੋਈ ਨਾਟਕ ਨਹੀਂ ਚੱਲ ਰਿਹਾ ਐਫ ਆਈ ਆਰ ਤੂੰ ਹੀ ਕੇਸ ਤੁਰਨਾ ਹੈ ਜਾਂ ਤਾਂ ਤੁਸੀਂ ਮੰਨੋ ਕਿ ਯਾਰ ਪੰਜਾਬ ਪੁਲਿਸ ਇੰਨੀ ਤੁਹਾਡੀ ਗੈਰ ਜ਼ਿੰਮੇਵਾਰ ਹੋ ਗਈ ਹੈ ਜੀ ਹਾਲਾਂਕਿ ਆਪਾਂ ਪੁਲਿਸ ਪ੍ਰਤੀ ਮਤਲਬ ਕਿ ਕਾਫੀ ਕਠੋਰਤਾ ਰੱਖਦੇ ਆ ਮੈਂ ਇੱਥੋਂ ਗੱਲ ਕਰ ਰਿਹਾ ਕਿ ਸਟੋਰੀ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ। ਜਾਂ ਫਿਰ ਇਹ ਆ ਕਿ ਪੁਲਿਸ ਨੂੰ ਮਜਬੂਰ ਕੀਤਾ ਗਿਆ। ਜਿਉ ਗੈਰ ਪੇਸ਼ੇਵਰ ਨਹੀਂ ਹੈ। ਇੱਥੇ ਤੇ ਹਜ਼ੂਰ ਇਸ ਏਰੀਆ 'ਚ ਹਰੀਕੇ ਥਾਣਾ ਸੀਗਾ ਨਾ। ਜੀ। ਹਰੀਕੇ ਥਾਣੇ ਆ ਕੇ ਥਾਣੇਦਾਰ ਲੱਗਾ। ਤੇ ਉਹ ਪੱਟੀ ਵਾਲਾ ਵਿਧਾਇਕ ਕੀ ਕਹਿੰਦਾ ਤੂੰ ਮੈਨੂੰ ਸਾਸਰੀ ਕਾਲ ਨਹੀਂ ਬੁਲਾਈ। ਕਿਤੇ ਸਾਸਰੀ ਕਾਲ ਬੁਲਾਉਣ ਤੋਂ ਵੀ ਅ fırsਰਾਂ ਨੂੰ ਤਾੜਿਆ ਜਾਂਦਾ। ਉਥੇ ਇਹ ਕਹੀਏ ਕਿ ਰਾਜਸੀ ਦਖਲ ਨਹੀਂ ਹੁੰਦਾ ਫਿਰ ਜਾਂ ਤਾਂ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ ਤੇ ਜਾਂ ਕਹਿ ਲਓ ਕਿ ਅਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੇਵਕੂਫਾਂ ਦੇ ਜਹਾਨ ਦੇ ਨੰਬਰਦਾਰ ਆ ਜੀ ਗੱਲ ਸਹੀ ਹੈ ਤੁਹਾਡੀ ਠੀਕ ਹੈ ਨਾ ਜੀ ਕਿ ਇੱਥੇ ਤੇ ਸਭ ਕਹਿੰਦੇ ਤੂੰ ਸਾਸਰੀ ਕਾਲ ਨਹੀਂ ਹੱਦ ਹੋ ਗਈ ਹੈ ਪ੍ਰੋਟੋਕਾਲ 'ਚ ਲਿਖਿਆ ਵੀ ਸਾਸਰੀ ਕਾਲ ਬੁਲਾਉਣੀ ਬਹੁਤ ਬੜੀ ਜ਼ਰੂਰੀ ਆ ਜੀ ਤੁਸੀਂ ਸੂਬੇਦਾਰ ਲੱਗੇ ਹੋ ਜੀ ਨਮਾਇंदे ਹੋ ਜਿੱਦਣ ਸਾਹਮਣੇ ਆਓਗੇ ਤੁਹਾਨੂੰ ਸਲੂਟ ਵਜੇਗਾ ਅਫਸਰ ਮਾਰੇਗਾ ਸਲੂਟ ਠੀਕ ਹੈ ਪਰ ਕੋਈ ਅਫਸਰ ਤੁਸੀਂ ਕਹੋ ਕਿ ਸਾਡੀ ਚੌਕੜ ਤੇ ਆ ਕੇ ਤਲਵੇ ਚਟਕੇ ਜਾਵੇ ਇਹ ਤਾਂ ਉਹ ਜਦੋਂ ਜੁਆਇਨਿੰਗ ਕਰਦਾ ਹੈ ਉਹਦੇ ਸਰਵਿਸ ਰੂਲਸ ਦੇ ਵਿੱਚ ਤਾਂ ਨਹੀਂ ਲਿਖਿਆ ਕਿ ਤੂੰ ਜਾਏਗਾ ਤੇ ਜਾ ਕੇ ਉਹ ਬੰਦਾ ਦਫਤਰ ਆ ਕੇ ਆਪਣੀ ਡਿਊਟੀ ਨਿਭਾਊਗਾ ਕਿ ਤਾ ਤੁਹਾਡੇ ਸਲੂਟਾਂ ਮਾਰ ਕੇ ਆ ਕੇ ਇਹ ਤਾਂ ਐਂ ਕਰਦੇ ਨੇ ਜੀ ਤਾਂ ਐਂ ਕਰਦੇ ਨੇ ਜੀ ਤੋ ਗੱਲ ਇਹ ਆ ਕਿ ਉਸ ਥਾਣੇ ਦੇ ਵਿੱਚ ਜਿੱਥੇ ਸਸਰੀ ਕਾਲ ਤੋਂ ਐਡਾ ਬਕੇੜਾ ਹੋ ਗਿਆ ਸੀ ਮੁੜ ਕੇ ਉਹ ਮੁੰਡਾ ਨਵਾਂ ਹੀ ਭਰਤੀ ਹੋਇਆ ਸੀਗਾ ਜੀ ਕਿਆਦਾ ਸਾਬੇਨ ਇਨਸਪੈਕਟਰ ਸੀ ਉਹਨੂੰ ਬਦਲ ਦਿੱਤਾ ਸੀ ਇਹਨਾਂ ਨੇ ਬਹੁਤ ਗਲਤ ਗੱਲ ਕੀਤੀ ਸੀ ਜਦਕਿ ਉਹਦੇ ਨਾਲ ਖੜਨ ਦੀ ਜ਼ਰੂਰਤ ਸੀ ਕੋਈ ਪੁਲਿਸ ਅਫਸਰ ਖੜਿਆ ਹੀ ਨਹੀਂ ਉਹਦੇ ਨਾਲ ਜੀ ਜਿਵੇਂ ਸਿਕੰਦਰ ਸਿੰਘ ਮਲੂਕਾ ਨਾਲ ਝੜਪ ਹੋ ਗਈ ਸੀ ਤੁਹਾਨੂੰ ਪਤਾ ਉਹ ਬੰਦਾ ਡਿਊਟੀ ਕਰ ਰਿਹਾ ਸੀ ਬਠਿੰਡੇ ਦੇ ਵਿੱਚ ਯਾਦ ਹੈ ਜੀ ਰੈਲੀ ਦੇ ਵਿੱਚ ਉਹਨੇ ਗਾਹ ਨਹੀਂ ਸੀ ਗੱਡੀ ਜਾਣ ਦਿੱਤੀ ਤਾਂ ਕੀ ਹੋਇਆ ਉਹਦਾ ਵਿਚਾਰੇ ਦਾ ਉਹਦੇ ਨਾਲ ਕੋਈ ਨਹੀਂ ਖੜਾ ਛੋਟੇ ਮੁਲਾਜ਼ਮ ਨਾਲ ਉਹਨੂੰ ਚੱਕ ਕੇ ਸਾਈਡ ਕਰ ਦਿੱਤਾ ਸੀ ਉਸ ਟਾਈਮ ਹਾਲਕਿ ਇਹੋ ਜਿਹੇ ਬੰਦੇ ਨੂੰ ਨਾਮ ਮਿਲਣਾ ਚਾਹੀਦਾ ਕਿਹਾ ਯਾਰ ਜਿੱਥੇ ਬੰਦਾ ਡਿਊਟੀ ਤੇ ਹੈ ਜਿੱਥੇ ਕੋਈ ਹੁਕਮ ਹੈ ਉਹ ਬੰਦਾ ਚਾਹੇ ਕੋਈ ਵੀ ਅੱਗੋ ਨਹੀਂ ਝੁੱਕ ਰਿਹਾ ਤੇ ਤਾਂ ਮਾਨ ਵਾਲੀ ਗੱਲ ਹੋਣੀ ਚਾਹੀਦੀ ਹੈ ਜੀ ਕਿ ਉਹ ਬੰਦਾ ਸਵੇਹ ਮਾਨ ਨਾਲ ਡਿਊਟੀ ਕਰ ਰਿਹਾ ਯਾਰ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਤੁਸੀਂ ਉਹਨੂੰ ਸਜ਼ਾ ਇਹ ਦੇ ਰਹੇ ਹੋ ਕਿ ਤੂੰ ਸਾਸਰੀ ਕਾਲ ਨਹੀਂ ਬੁਲਾਈ ਚੱਲ ਤੂੰ ਇਹਨਾਂ ਦੀ ਗੱਡੀ ਲੰਘਣ ਨਹੀਂ ਦਿੱਤੀ ਚੱਲ ਵਗੈਰਾ ਚਲੋ ਜੋ ਵੀ ਹੈ ਪਰ ਹੋਣਾ ਤੇ ਇਹ ਚਾਹੀਦਾ ਨਾ ਕਿ ਤੁਸੀਂ ਨਖੇੜਾ ਤਾਂ ਕਰੋ ਐਫ ਆਈ ਆਰ ਪੁਲਸ ਨੇ ਆਪਣੇ ਆਪ ਹੀ ਕੱਟ ਲਈ ਜਾਂ ਕਟਵਾਈ ਗਈ ਕਿਉਂਕਿ ਤੁਸੀਂ ਤੁਸੀਂ ਤਾਂ ਇਹ ਵੀ ਕਹਿ ਦੋਗੇ ਫਿਰ ਕਿ ਬੱਗੇ ਤੇ ਪੁਲਿਸ ਨੇ ਜਿਹੜੀ ਐਫ ਆਈ ਆਰ ਸੀ ਉਹ ਇਦਾਂ ਹੀ ਕੱਟੀ ਸੀਗੀ ਕੁਮਾਰ ਵਿਸ਼ਵਾਸ ਤੇ ਵੀ ਇਦਾਂ ਹੀ ਕੱਟੀ ਸੀਗੀ ਤਾਂ ਉਹ ਕਿਵੇਂ ਕੱਟੀ ਸੀ ਤੁਹਾਨੂੰ ਯਾਦ ਹੈ ਨਾ ਜੀ ਇਹਨਾਂ ਦੇ ਬੰਦਿਆਂ ਨੇ ਸ਼ਿਕਾਇਤਾਂ ਦਿੱਤੀਆਂ ਸਨ ਬਕਾਇਦਾ ਜੀ ਇਸ ਮਸਲੇ 'ਚ ਕਿਉਂਕਿ ਪੰਜਾਬ ਨਾਲ ਜੁੜਿਆ ਲੋਕਾਂ ਨਾਲ ਜੁੜਿਆ ਕੁਝ ਹੋਰ ਤਰ੍ਹਾਂ ਦਾ ਗੁੰਝਲਦਾਰ ਮਸਲਾ ਸੀਗਾ ਇਹਨਾਂ ਨੇ ਬਾਈਪਾਸ ਕਰ ਦਿੱਤਾ ਉੱਥੇ ਸੂਤਰ ਬਣ ਗਿਆ ਜੀ ਕਿ ਸੂਤਰਾਂ ਤੋਂ ਪਤਾ ਲੱਗਿਆ ਜੀ ਸਾਨੂੰ ਜੀ ਹੁਣ ਤੋਂ ਪੱਤਰਕਾਰਾਂ ਵਾਂਗੂ ਤੁਸੀਂ ਵੀ ਸੂਤਰ ਰੱਖ ਲੇ ਤੁਹਾਡਾ ਚੰਗਾ ਸੂਤਰ ਆਇਆ ਹੱਦ ਹੋ ਗਈ ਆ ਤਾਂ ਗੱਲ ਇਹ ਆ ਕਿ ਭਾਈ ਹੁਣ ਇਸ ਮਸਲੇ ਤੇ ਇਹ ਗੱਲ ਜਿਹੜੀ ਆ ਇਹ ਜ਼ਰੂਰ ਪੁੱਛਣੀ ਚਾਹੀਦੀ ਆ ਮੈਂ ਇੱਕ ਵਾਰੀ ਚਲੋ ਇੱਕ ਵਾਰੀ ਰੋਕਾ ਕਰ ਲੈਣਾ ਰੋਕ ਲੈਣਾ ਆਪਣੇ ਆਪ ਨੂੰ ਜੀ ਜੀ ਭਾਈ ਤੁਸੀਂ ਕਮੈਂਟ ਵਗੈਰਾ ਲੈ ਲਓ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਫਿਰ ਆਪਾਂ ਜਾਨੀ ਜੋਲ ਵਾਲੇ ਗੀਤ ਤੇ ਵੀ ਆ ਜਾਵਾਂਗੇ ਕਿ ਗੱਲ ਤੇ ਇੱਥੋਂ ਸ਼ੁਰੂ ਹੋਣੀ ਚਾਹੀਦੀ ਆ ਪਰਚਾ ਤਾਂ ਤੁਸੀਂ ਫਿਰ ਕਿਸੇ ਤੇ ਵੀ ਕੱਟ ਦਿਓਗੇ ਤੇ ਜਿਹਦੇ ਮਗਰ ਬੰਦਾ ਨਹੀਂ ਹੈਗਾ ਸਾਡੇ ਵਰਗਾ ਕੋਈ ਬੋਲਦਾ ਚੱਲਦਾ ਤੁਹਾਨੂੰ ਦਿਖ ਗਿਆ ਕਹੇ ਤਾਂ ਯਾਰ ਲੰਡੂ ਜਿਹਾ ਬੰਦਾ ਕੁਛ ਨਹੀਂ ਠੋਕੋ ਤਾਂ ਤੁਸੀਂ ਤਾਂ ਰਾਤੋਂ ਰਾਤ ਸਵੇਰੇ ਉੱਠ ਕੇ ਪਤਾ ਲੱਗੇਗਾ ਮਾਨ ਸਾਹਿਬ ਨੂੰ ਫੋਨ ਕਰਨਗੇ ਕਿ ਹਾਂ ਉਹ ਤਾਂ ਮੁਕਸਰ ਜੇਲ੍ਹ ਚ ਭੇਜਤਾ ਜੀ ਮਤਲਬ ਕਿ ਜਿਹਦੇ ਮਗਰ ਕੋਈ 10-1000 ਬੰਦਾ ਨਹੀਂ ਹੈ ਤਾਂ ਇਹ ਤੋਂ ਸਾਫ ਹੈ ਕਿ ਫਿਰ ਉਹ ਬੰਦਾ ਆਪਣੀ ਜ਼ਰਤ ਨਾਲ ਗੈਰਤ ਨਾਲ ਗੱਲ ਨਹੀਂ ਰੱਖ ਸਕਦਾ ਤਾਂ ਸਾਫ ਹੈ ਨਾ ਸਪਸ਼ਟ ਹੈ ਕਿ ਜੇ ਤੁਸੀਂ ਸਮਾਜ ਸੇਵਾ ਕਰਨੀ ਆ ਜਾਂ ਤੁਸੀਂ ਖੁੱਲ ਕੇ ਸਰਕਾਰ ਦੀ ਆਲੋਚਨਾ ਕਰਨੀ ਆ ਜਾਂ ਆਪਣੇ ਪੰਜਾਬ ਵਾਸਤੇ ਖਲੋਣਾ ਹੈ حقਾਂ ਦੀ ਗੱਲ ਕਰਨੀ ਹੈ ਤਾਂ ਫਿਰ ਤੁਹਾਡੇ ਕੋਲ ਘੱਟੋ-ਘੱਟ 5-10 ਹਜ਼ਾਰ ਬੰਦੇ ਦਾ ਬੈਕਅਪ ਹੋਣਾ ਚਾਹੀਦਾ ਬੈਕਅਪ ਹੋਣਾ ਚਾਹੀਦਾ ਆਦਰਵਾਇਸ ਤੁਸੀਂ ਰਗੜੇ ਜਾਓਗੇ ਜੇ ਖਲੈਰਾ ਪਾ ਲੂੰਗੀ ਤਾਂ ਠੀਕ ਹੈ ਨਹੀਂ ਤਾਂ ਬਸ ਹੁੰਦਾ ਆਮ ਬੰਦੇ ਕਿੰਨੇ ਨੇ ਫਿਰ ਤਾਂ ਇਹਦਾ ਮਤਲਬ ਕਿ ਸਾਰਾ ਕੁਝ ਜਿਹੜਾ ਉਹ ਫਿਰ ਪੁਰਾਣਾ ਹੀ ਤੁਰਿਆ ਆਉਂਦਾ ਬਿਲਕੁਲ 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 ਜੀ ਕਿਰਦਾਰ ਨਵੇਂ ਨਾਟਕ ਪੁਰਾਣਾ ਚੱਲ ਰਿਹਾ ਹੈ ਇੱਕ ਚੀਜ਼ ਹੋਰ ਵੀ ਮਿੰਟੂ ਜੀ ਐਡ ਆਨ ਕਰਨ ਵਾਲੀ ਕਿ ਜੀ ਆ ਤਾਂ ਪੁਲਿਸ ਪਹਿਲਾਂ ਗਲਤ ਸੀਗੀ ਜਾਂ ਹੁਣ ਗਲਤ ਉਹੀ ਤਾਂ ਕਹਿ ਰਹੇ ਆ ਕਿ ਤੁਸੀਂ ਪਰਚਾ ਵਾਪਸ ਲੈ ਰਿਆ ਜੀ ਕਿਉਂ ਕਿਉਂ ਕਹਤੋਂ ਤੁਹਾਨੂੰ ਹ ਹੁਣ ਪਤਾ ਲੱਗਿਆ ਕਿ ਲੱਖਾ ਤੇ ਵਿਦਾਗ ਹੈ ਲੱਖੇ ਦਾਤਾ ਬਾਈ ਮੁੱਲ ਹੀ ਕੋਈ ਨਹੀਂ ਹੈ ਹੀਰਾ ਉਹ ਤੇ ਕਿਉਂਕਿ ਕਿਉਂਕਿ ਲੱਖੇ ਸਦਾਣੇ ਨੂੰ ਤਾਂ ਵਿਚਾਰੇ ਨੂੰ ਗਲੀ ਗੁਆਂਣ ਚ ਨਹੀਂ ਸੀ ਨਾ ਕੋਈ ਜਾਣਦਾ ਜੀ ਉਹ ਤਾਂ ਰੋਟੀ ਨੂੰ ਚੋਚੀ ਦੱਸਦਾ ਜੀ ਉਹਨੂੰ ਤਾਂ ਕੁਛ ਨਹੀਂ ਪਤਾ ਉਹਨੂੰ ਤਾਂ ਕੋਈ ਨਹੀਂ ਜਾਣਦਾ ਜੀ ਤੇ ਤੁਸੀਂ ਪਰਚਾ ਦਰਜ ਕਰਦੇ ਤਾਂ ਬਾਅਦ ਚ ਪਤਾ ਲੱਗਿਆ ਨਹੀਂ 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 ਯਾਰ ਉਹ ਤਾਂ ਕਦੇ ਘਰੋਂ ਬਾਹਰ ਨਹੀਂ ਨਿਕਲਦਾ ਜੀ ਤੁਹਾਨੂੰ ਸਭ ਪਤਾ ਸੀ ਉਹੀ ਕਰਿਆ ਕਿ ਜਾਂ ਤਾਂ ਪੁਲਿਸ ਉਸ ਟਾਈਮ ਗਲਤ ਜਾਂ ਹੋਣ ਗਲਤ ਜੀ ਦੋਨਾਂ ਹੀ ਸੁਰਤਾਂ 'ਚ ਪੁਲਿਸ ਦੀ ੇਠੀ ਪਰ ਪੁਲਿਸ ਆਪ ਗਲਤ ਕਰ ਰਹੀ ਸੀ ਜਾਂ ਕਰਵਾਇਆ ਜਾ ਰਿਹਾ ਸੀ ਮਾਮਲਾ ਤੇ ਅਸਲ ਦੇ ਵਿੱਚ ਇਹ ਆ